ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਮੇਰੇ YouTube ਚੈਨਲ ਟਰਬਨ ਬਾਏ ਕਮਲ ਤੇ ਅੱਜ ਮੈਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਜ਼ਰੂਰੀ ਵੀਡੀਓ ਲੈ ਕੇ ਆਇਆ। ਇਹ ਵੀਡੀਓ ਮੈਂ ਇਸ ਕਰਕੇ ਬਣਾ ਰਿਹਾ ਕਿਉਂਕਿ ਕਈ ਵੀਰ ਮੈਨੂੰ ਪੁੱਛਦੇ ਆ, ਵੀਰ ਜੀ ਤੁਸੀਂ ਸਪਰੇਅ ਕਿਹੜਾ ਯੂਜ਼ ਕਰਦੇ ਹੋ? ਜ਼ਿਆਦਾਤਰ ਸਵਾਲ ਇਹੀ ਹੁੰਦਾ, ਦਾੜੀ ਬੰਨਣ ਵਾਸਤੇ ਅਸੀਂ ਸਪਰੇਅ ਕਿਹੜਾ ਯੂਜ਼ ਕਰੀਏ, ਕਿਹੜਾ ਸਾਡੇ ਵਾਸਤੇ ਵਧੀਆ ਹੋਵੇ, ਕਿਹੜਾ ਜਲਦੀ ਤੋਂ ਜਲਦੀ ਸੁੱਕ ਜਾਏ, ਕਿਹੜਾ ਐਲਰਜੀ ਨਾ ਕਰੇ, ਕਿਸ ਤਰੀਕੇ ਨਾਲ ਅੱਛਾ ਰਹੇ ਤੇ ਟਾਈਮ ਸਾਡੇ ਕੋਲ ਘੱਟ ਹੁੰਦਾ ਤੇ ਉਸ ਹਿਸਾਬ ਨਾਲ ਉਹਦੀ ਜਿਹੜੀ ਚਿਪਕਾਉਣ ਦੀ ਸ਼ਮਤਾ ਹੈਗੀ ਜਾਂ ਉਹਦੀ ਕੁਆਲਿਟੀ ਹੈਗੀ ਉਹ ਅੱਛੀ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਦੱਸਦਾ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ, ਬਾਕੀ ਉਹ ਤੁਸੀਂ ਆਪਣੇ ਆਪ ਚੈੱਕ ਕਰਕੇ ਦੇਖਿਓ। ਲੇਕਿਨ ਫਿਲਹਾਲ ਜਿਹੜੇ ਮੈਂ ਅੱਜ ਕੱਲ੍ਹ ਯੂਜ਼ ਕਰ ਰਿਹਾ ਸਪਰੇਅ, ਮੈਂ ਤੁਹਾਨੂੰ ਉਹਨਾਂ ਦੇ ਬਾਰੇ ਦੱਸਾਂਗਾ। ਮਾਰਕੀਟ 'ਚ ਜਿਹੜੇ ਵੀ ਸਪਰੇਅ ਮੈਂ ਲੈ ਕੇ ਸਾਰੇ ਮੈਂ ਚੈੱਕ ਕਰਕੇ ਉਸ ਤੋਂ ਬਾਅਦ ਮੈਂ ਨਤੀਜਾ ਕੱਢਿਆ। ਤਿੰਨ ਸਪਰੇਅ ਜਿਹੜੇ ਹੈਗੇ ਬਹੁਤ ਵਧੀਆ ਹੈਗੇ, ਉਹ ਤਿੰਨਾਂ ਨੂੰ ਮੈਂ ਤੁਹਾਨੂੰ ਦੱਸਾਂਗਾ ਇਸ ਵੀਡੀਓ 'ਚ, ਐਕਸਪਲੇਨ ਕਰਾਂਗਾ ਔਰ ਤੁਹਾਨੂੰ ਉਹਨਾਂ ਦੀ ਪੂਰੀ ਪੂਰੀ ਜਾਣਕਾਰੀ ਦੇਵਾਂਗਾ ਕਿ ਕਿਹੜਾ ਸਪਰੇਅ ਕਿਸ ਤਰੀਕੇ ਨਾਲ ਯੂਜ਼ ਕਰੋ। ਤੇ ਜੇ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗਦੀ ਆ ਤੇ ਉਹਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਹੋਰ ਵੀਰਾਂ ਤੱਕ ਵੀ ਪਹੁੰਚਾਇਆ ਕਰੋ। ਜਿਹੜੇ ਵੀਰ ਨਏ ਨਏ ਪੱਗਾਂ ਬੰਨਣਾ ਸਿੱਖ ਰਹੇ ਆ ਉਹਨਾਂ ਨੂੰ ਮੈਂ ਸ਼ਾਰਟਕੱਟ ਵੇ ਦੇ ਨਾਲ ਆਸਾਨ ਤੋਂ ਆਸਾਨ ਤਰੀਕਾ ਦੱਸਦਾ ਪੱਗ ਬੰਨਣ ਵਾਸਤੇ। ਦਾੜੀ ਤੁਸੀਂ ਡੋਰੀ ਦੇ ਨਾਲ ਬੰਨਣੀ ਹੋਏ, ਚਾਹੇ ਵਿਦਆਊਟ ਡੋਰੀ ਬੰਨਣੀ ਹੋਏ ਜਾਂ ਮੋਟੀ ਡੋਰੀ ਬੰਨਦੇ ਹੋ ਤਾਂ ਤੁਸੀਂ ਪਤਲੀ ਡੋਰੀ ਕਿੱਦਾਂ ਬੰਨ ਸਕਦੇ ਹੋ। ਤੇ ਇਹ ਸਾਰੀਆਂ ਵੀਡੀਓ ਮੈਂ ਬਣਾ ਚੁੱਕਿਆ ਤੇ ਤੁਸੀਂ ਉਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ, ਹੋਰ ਵੀਰਾਂ ਨੂੰ ਵੀ ਦਿਖਾਓ। ਤੇ ਆਓ ਦੇਖਦੇ ਹਾਂ ਕਿ ਮੈਂ ਕਿਸ ਤਰੀਕੇ ਨਾਲ ਤੁਹਾਨੂੰ ਦੱਸਣ ਜਾ ਰਿਹਾ ਕਿ ਜਿਹੜਾ ਸਪਰੇਅ ਹੈਗਾ ਕਿਹੜੇ ਕਿਹੜੇ ਵਧੀਆ ਹੈਗੇ। ਸਭ ਤੋਂ ਪਹਿਲੇ ਨੰਬਰ ਤੇ ਮੇਰਾ ਜਿਹੜਾ ਸਪਰੇਅ ਆਉਂਦਾ, ਮੈਂ ਤੁਹਾਨੂੰ ਥੱਲੇ ਤੋਂ ਲੈ ਕੇ ਚੱਲ ਰਿਹਾ ਕਿ ਪਹਿਲੇ ਮੈਂ ਦੱਸਾਂਗਾ ਤੁਹਾਨੂੰ ਥੋੜ੍ਹੀ ਜਿਹੀ ਕੁਆਲਿਟੀ ਕਿਸ ਦੀ ਵਧੀਆ ਹੈਗੀ, ਫਿਰ ਉਸ ਤੋਂ ਵਧੀਆ ਕਿਹਦੀ ਹੈ, ਫਿਰ ਸਭ ਤੋਂ ਵਧੀਆ ਕਿਹਦੀ ਆ। ਤੇ ਫਸਟ ਨੰਬਰ ਤੇ ਜਿਹੜਾ ਆਏਗਾ, ਮਤਲਬ ਯਾਨੀ ਕਿ ਥਰਡ ਨੰਬਰ, ਫਸਟ ਨੰਬਰ ਤੇ ਹੈਗਾ ਮੇਰਾ ਸਪਰੇਅ ਗੈਟਸਬੇ। ਗੈਟਸਬੇ ਦੇ ਨਾਂ ਤੋਂ ਹੈਗਾ, ਇਹ ਹੈਗਾ ਗੈਟਸਬੇ। ਤੇ ਇਹ ਸਪਰੇਅ ਜਿਹੜਾ ਹੈਗਾ 5 ਨੰਬਰ ਹੈਗਾ, ਇਹਦੀ ਹੋਲਡਿੰਗ ਪਾਵਰ ਜਿਹੜੀ ਹੈਗੀ 5 ਨੰਬਰ ਆ ਤੇ ਬਹੁਤ ਵਧੀਆ ਸਪਰੇਅ ਹੈਗਾ। ਪਰ ਇਹ ਸਪਰੇਅ ਦੀ ਮੈਂ ਤੁਹਾਨੂੰ ਖਾਸੀਅਤ ਦੱਸਦਾ, ਇਹਦੀ ਫਰੈਗਨੈਂਸ ਬਹੁਤ ਅੱਛੀ ਹੈ। ਜਦ ਤੁਸੀਂ ਲਾਓਗੇ ਇਹਦੀ ਫਰੈਗਨੈਂਸ, ਲਾਉਣ ਤੋਂ ਬਾਅਦ ਤੁਹਾਨੂੰ ਬਹੁਤ ਅੱਛੀ ਲੱਗੇਗੀ, ਜਿੱਦਾਂ ਪਰਫਿਊਮ ਦੀ ਹੁੰਦੀ ਹੈ ਨਾ, ਹਲਕੀ ਹਲਕੀ ਜੀ, ਇੰਨੀ ਨਹੀਂ ਆਏਗੀ ਕਿ ਪਰਫਿਊਮ ਵਾਂਗੂ, ਲੇਕਿਨ ਹਲਕੀ ਜੀ ਆਏਗੀ ਕਿ ਤੁਹਾਨੂੰ ਔਡ ਜਾਂ ਨਹੀਂ ਲੱਗਦੀ, ਜਿੱਦਾਂ ਸਿਮਕੋ 'ਚੋਂ ਆਉਂਦੀ ਹੈ ਥੋੜ੍ਹੀ ਜੀ, ਪਰ ਇਹਦੇ ਅੰਦਰੋਂ ਦੀ ਬਹੁਤ ਅੱਛੀ ਸਪਰੇਅ ਦੀ ਖੁਸ਼ਬੂ ਹੈਗੀ। ਦੂਜਾ ਹੋਲਡਿੰਗ ਜਿਹੜਾ ਇਹਦਾ ਟਾਈਮਿੰਗ ਆ ਉਹ ਥੋੜ੍ਹੀ ਜੀ ਲੌਂਗ ਹੈਗਾ, ਜ਼ਿਆਦਾ ਲੈਂਦਾ ਹੈਗਾ ਥੋੜ੍ਹਾ ਜਿਹਾ। ਅਗਰ ਤੁਸੀਂ ਸਪਰੇਅ ਕੀਤਾ ਤੇ ਸਪਰੇਅ ਕਰਨ ਤੋਂ ਬਾਅਦ ਤੁਹਾਨੂੰ ਦਿਖੇਗਾ ਕਿ ਇਹਦੀ ਬੂੰਦਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਤੇ ਦਿਖਦੀਆਂ, ਜਿੱਦਾਂ ਪਾਣੀ ਦੀ ਬੂੰਦਾਂ ਹੁੰਦੀਆਂ ਇਸ ਤਰੀਕੇ ਨਾਲ ਦਿਖਦਾ। ਨਾਲੇ ਸੁੱਕਣ ਤੋਂ ਬਾਅਦ ਬਹੁਤ ਅੱਛੀ ਹੈਗੀ ਪਾਵਰ ਇਹਦੀ, ਲੌਂਗ ਟਾਈਮ ਤੱਕ ਚੱਲਦਾ, 6 ਤੋਂ 7 ਘੰਟੇ 8 ਘੰਟੇ ਤੱਕ ਬਹੁਤ ਆਰਾਮ ਨਾਲ ਨਿਕਲ ਜਾਂਦੇ ਆ। ਲੇਕਿਨ ਹੁਣ ਜਿੱਦਾਂ ਜਿੱਦਾਂ ਗਰਮੀਆਂ ਆ ਰਹੀਆਂ ਉਸ ਹਿਸਾਬ ਨਾਲ ਥੋੜ੍ਹਾ ਜਿਹਾ ਇਹਨੂੰ ਮੈਂ ਅਵਾਇਡ ਹੀ ਕਰਦਾ ਕਿ ਨਹੀਂ ਮੈਂ ਇਹਨੂੰ ਨਹੀਂ ਲੈ ਸਕਦਾ। ਪਰ ਇਸ ਤੋਂ ਬਾਅਦ ਜਿਹੜਾ ਨੰਬਰ ਆਏਗਾ ਉਹ ਮੇਰੇ ਕੋਲ ਹੈਗਾ ਟਾਫਟ ਦਾ ਹੈਗਾ ਇਹ ਵਾਲਾ, ਠੀਕ ਹੈ ਜੀ। ਇਹ ਸਪਰੇਅ ਹੈਗਾ ਦੂਜੇ ਨੰਬਰ ਤੇ, ਕਿਉਂਕਿ ਥੱਲਿਓ ਵੀ ਦੂਜੇ ਨੰਬਰ ਤੇ ਤੇ ਉੱਪਰੋਂ ਵੀ ਦੂਜੇ ਨੰਬਰ ਤੇ, ਤੇ ਇਹ ਸਪਰੇਅ ਵੀ ਬਹੁਤ ਅੱਛਾ ਹੈਗਾ। ਹੁਣ ਤੁਸੀਂ ਦੇਖ ਸਕਦੇ ਹੋ ਇਹ ਵੀ 5 ਨੰਬਰ ਪਲੱਸ ਆ, ਇਹਦੀ ਫਰੈਗਨੈਂਸ ਮਸਤ ਫਰੈਗਨੈਂਸ ਆ। ਤੁਸੀਂ ਲਾਓਗੇ ਤੁਹਾਨੂੰ ਇੱਕਦਮ ਵਧੀਆ ਲੱਗੇਗਾ, ਲਾਉਂਦੇ ਹੀ ਇਹਦੀ ਡਰਾਈਨੈਸ ਬੜੀ ਜਲਦੀ ਹੁੰਦੀ ਹੈ, ਲਾਉਂਦੇ ਹੀ ਤੁਸੀਂ ਦੂਰੋਂ ਦੀ ਰੱਖ ਕੇ ਵੀ ਅਗਰ ਤੁਸੀਂ ਇੰਨੀ ਦੂਰੋਂ ਵੀ ਮਾਰੋਗੇ ਤਾਂ ਵੀ ਇਹਦੀ ਜਿਹੜੀ ਹੋਲਡਿੰਗ ਪਾਵਰ ਆ ਬਹੁਤ ਤੇਜ਼ ਹੈਗੀ ਔਰ ਅਲਟੀਮੇਟ ਹੈਗਾ। ਅਲਟੀਮੇਟ ਮਤਲਬ ਬਹੁਤ ਜ਼ਬਰਦਸਤ, ਜਿਹਨੂੰ ਕਹਿੰਦੇ ਆ ਮੈਨ, ਮਤਲਬ ਇਹਦੇ ਅੰਦਰ ਕਲਰ ਆਉਂਦੇ ਆ, ਬਲੂ ਆਏਗਾ, ਰੈੱਡ ਆਏਗਾ, ਔਰੇਂਜ ਆਏਗਾ, ਅਲੱਗ ਅਲੱਗ ਕਲਰ ਹੈਗੇ, ਪਰ ਮੈਂ ਬਲੂ ਇਹੀ ਵਾਲਾ ਯੂਜ਼ ਕਰਦਾ ਹੈਗਾ ਟਾਫਟ, ਠੀਕ ਹੈ। ਅਤੇ ਤੁਸੀਂ ਦੇਖ ਸਕਦੇ ਹੋ ਸਪੈਲਿੰਗ ਲਿਖੇ ਹੋਏ ਆ ਇਹਦੇ, ਅਤੇ ਇਹਦੇ ਅੰਦਰ ਇੱਕ ਬਹੁਤ ਅੱਛੀ ਖਾਸੀਅਤ ਹੈਗੀ ਇਹਦੇ ਸਪਰੇਅ ਦੇ ਅੰਦਰ, ਜਿੱਦਾਂ ਹੀ ਤੁਸੀਂ ਸਪਰੇਅ ਮਾਰਿਆ ਉੱਪਰੋਂ ਦੀ ਠਾਟਾ ਬੰਨਿਆ, ਮੁਸ਼ਕਿਲ ਨਾਲ 2 ਮਿੰਟ, 2 ਮਿੰਟ ਬਾਅਦ ਠਾਟਾ ਖੋਲ੍ਹੋ ਅਤੇ ਤੁਹਾਡੀ ਦਾੜੀ ਜਿਹੜੀ ਹੈ ਇੱਕਦਮ ਤੁਹਾਨੂੰ ਚਿਪਕੀ ਹੋਈ ਮਿਲੇਗੀ। ਕੋਈ ਇਹਦੇ ਅੰਦਰ ਹੋਰ ਕਰਨ ਦੀ ਲੋੜ ਨਹੀਂ ਕਿ ਹਾਂਜੀ ਤੁਹਾਨੂੰ ਜਿੱਦਾਂ ਹੁੰਦਾ ਕਿ ਅਸੀਂ ਸਪਰੇਅ ਮਾਰਿਆ ਇੱਦਾਂ ਹੱਥ ਲਾ ਕੇ ਦੇਖਿਆ ਸੁੱਕਿਆ ਨਹੀਂ ਹੈ ਹਲੇ, ਫਿਰ ਥੋੜ੍ਹੀ ਦੇਰ ਬਾਅਦ ਫਿਰ ਦੇਖੋਗੇ ਫਿਰ ਸੁੱਕਿਆ ਨਹੀਂ ਹੈ, ਅੰਦਰੋਂ ਦੀ ਗਿੱਲਾ ਰਹਿ ਗਿਆ। ਇਹਦੀ
ਸੁੱਕਣ ਦੀ ਡਰਾਈਨੈਸ ਦੀ ਜਿਹੜੀ ਸਟੇਜ ਹੈਗੀ ਉਹ ਸਾਰੀ ਤਰਫ ਇੱਕ ਵਰਗੀ ਹੈਗੀ, ਲਾਉਂਦੇ ਹੀ ਪਰਫਿਊਮ ਵਾਂਗੂ ਉੱਡ ਜਾਂਦਾ ਇੱਕਦਮ, ਹੋਰ ਉਸ ਜਗ੍ਹਾ ਨੂੰ ਉੱਥੇ ਹੀ ਹੋਲਡ ਕਰ ਦਿੰਦਾ, ਜਿਹੜੇ ਵਾਲ ਆ ਉਹ ਨਿਕਲਦੇ ਨਹੀਂ ਆ। ਇਹਦੀ ਜਿਹੜੀ ਹੈਗੀ ਤੁਸੀਂ ਹੋਲਡਿੰਗ ਪਾਵਰ 7 ਤੋਂ ਲੈ ਕੇ 9 ਘੰਟੇ ਦੀ ਲਾ ਕੇ ਚੱਲੋ, ਇਹਦੀ ਹੋਲਡਿੰਗ ਪਾਵਰ ਜਿਹੜੀ ਆ 7 ਤੋਂ ਲੈ ਕੇ 9 ਘੰਟੇ ਤੱਕ ਇਹ ਬੜੇ ਆਰਾਮ ਨਾਲ ਵਾਲਾਂ ਨੂੰ ਸੇਮ ਇਸ ਤਰੀਕੇ ਨਾਲ ਹੀ ਰੱਖਦਾ। ਗਰਮੀਆਂ 'ਚ ਇਹ ਵੀ ਬਹੁਤ ਸਹੀ ਰਹੇਗਾ, ਗਰਮੀਆਂ ਆ ਰਹੀਆਂ ਹੁਣ ਅਤੇ ਉਹਨਾਂ 'ਚ ਜਿੱਦਾਂ ਜਿੱਦਾਂ ਵੱਧਦਾ ਜਾਏਗਾ ਪਸੀਨਾ, ਇਹ ਬਹੁਤ ਅੱਛਾ ਰਹੇਗਾ। ਠੀਕ ਹੈ ਜੀ, ਇਹਨੂੰ ਯੂਜ਼ ਕਰਕੇ ਦੇਖੋ, ਬਹੁਤ ਵਧੀਆ ਪ੍ਰੋਡਕਟ ਆ। ਫਿਰ ਜਿਹੜਾ ਆਉਂਦਾ ਮੇਰਾ ਸਭ ਤੋਂ ਅਖੀਰਲੇ ਨੰਬਰ 'ਚ, ਅਖੀਰਲਾ ਮਤਲਬ ਤੁਸੀਂ ਫਸਟ ਨੰਬਰ ਮੰਨ ਕੇ ਚੱਲੋ, ਹੈਗਾ ਤੀਜਾ ਨੰਬਰ ਲੇਕਿਨ ਫਸਟ, ਅਤੇ ਉਹ ਹੈਗਾ ਸਯੋਸ। ਠੀਕ ਹੈ ਜੀ, ਇਹ ਮੇਡ ਇਨ ਜਰਮਨ ਆ ਅਤੇ ਹੋਲਡ ਜਿਹੜਾ ਹੈਗਾ ਮੈਕਸ ਹੋਲਡ ਹੈ। ਇਹ ਉਹ ਤਿੰਨਾਂ ਤੋਂ ਕੁਆਂਟਿਟੀ 'ਚ ਵੀ ਜ਼ਿਆਦਾ ਹੈਗਾ, 400 ml ਹੈਗਾ, ਔਰ ਇਹਦੀ ਜਿਹੜੀ ਹੋਲਡ ਪਾਵਰ ਆ ਬੈਸਟ, ਸਭ ਨੂੰ ਫੇਲ ਕਰਤਾ ਹੈ ਇਸਨੇ। ਇਹਦੀ ਇੰਨੀ ਤਕੜੀ ਆ, ਤੁਸੀਂ ਪਾਉਂਦੇ ਪਾਉਂਦੇ ਹੀ ਦਾੜੀ ਸੁੱਕ ਜਾਂਦੀ ਹੈ, ਇੰਨਾ ਜ਼ਬਰਦਸਤ ਇਹਦੀ ਹੋਲਡ ਪਾਵਰ। ਵੈਸੇ ਇਹ ਪ੍ਰੋਫੈਸ਼ਨਲ ਵਾਸਤੇ ਆ, ਜਿਹੜੇ ਪ੍ਰੋਫੈਸ਼ਨਲ ਬਾਲ ਸੈੱਟ ਕਰਦੇ ਆ ਜਾਂ ਹੇਅਰ ਜਿੱਦਾਂ ਵਿਆਹ ਸ਼ਾਦੀਆਂ 'ਚ ਤੁਸੀਂ ਦੇਖਿਆ ਹੋਏਗਾ ਕਿ ਪਫ ਬਣਾਇਆ ਉਹਨਾਂ ਨੂੰ ਸੈੱਟ ਕਰਨ ਵਾਸਤੇ, ਛਿੜਕੋਗੇ ਉੱਥੇ ਹੀ ਹੋਲਡ, ਮਤਲਬ ਸੈਕਿੰਡ ਨਹੀਂ ਲਾਉਂਦਾ ਜਿੱਦਾਂ ਹੋਰ ਜਿਹੜੇ ਸਪਰੇ ਆ 2 ਮਿੰਟ 3 ਮਿੰਟ ਲੈਂਦੇ ਆ। ਇਹਦੀ ਜਿਹੜੀ ਪਾਵਰ ਆ, ਮੇਡ ਇਨ ਜਰਮਨ ਹੈਗਾ ਹੈ ਅਤੇ ਇਹਦੀ ਜਿਹੜੀ ਪਾਵਰ ਆ ਮਸਤ ਪਾਵਰ ਹੈਗੀ। ਫਰੈਗਨੈਂਸ ਬੇਅੰਤ ਮਸਤ, ਮਤਲਬ ਜਿਹਨੂੰ ਕਹਿੰਦੇ ਆ ਬਹੁਤ ਹੀ ਜ਼ਬਰਦਸਤ ਸਪਰੇ ਦੀ ਇਹਦੀ ਖੁਸ਼ਬੂ ਹੈਗੀ, ਫਰੈਗਨੈਂਸ ਹੈਗੀ। ਔਰ ਸਪਰੇ ਤੁਸੀਂ ਅਗਰ ਦੂਰੋਂ ਦੀ ਬਿਮਾਰੀ ਆ ਨਾ, ਅਗਰ ਦੂਰੋਂ ਦੀ ਬਿਮਾਰੀ ਆ ਅਤੇ ਇਹਨੇ ਜਿੱਥੇ ਜਿੱਥੇ ਜਾਣਾ ਉੱਥੇ ਉੱਥੇ ਇਹਨੇ ਇੱਕਦਮ ਸੁਕਾ ਦੇਣਾ। ਹੁਣ ਜਿਹੜੀ ਮੈਂ ਦਾੜੀ ਬੰਨੀ ਹੋਈ ਹੈ, ਮੈਂ ਲਾ ਸਕਦੇ ਹਾਂ, ਘੱਟ ਤੋਂ ਘੱਟ ਮੈਨੂੰ 7 ਘੰਟੇ ਹੋ ਚੁੱਕੇ ਆ ਬੰਨੀ ਹੋਈ ਨੂੰ, ਅਤੇ 7 ਘੰਟੇ 'ਚ ਮੈਂ ਇਹਦੇ ਨਾਲ ਹੀ ਯੂਜ਼ ਕੀਤਾ, ਇਹਨੂੰ ਯੂਜ਼ ਕੀਤਾ। ਇਹ ਹੁਣੇ ਹੀ ਮੈਨੂੰ ਮਿਲਿਆ, ਮੈਨੂੰ ਵੀ ਇਹ ਹੁਣੇ ਹੀ ਮਿਲਿਆ, ਅਤੇ ਮੈਂ ਇਹਨੂੰ ਚੈੱਕ ਕਰਨ ਵਾਸਤੇ ਅਤੇ ਸਾਰੇ ਵੀਰਾਂ ਨੂੰ ਦੱਸਣ ਵਾਸਤੇ ਕਿ ਬਈ ਕਿਹੜੇ ਸਪਰੇਅ ਲੈਣੇ ਆ, ਕਿਸ ਤਰੀਕੇ ਨਾਲ ਤੁਸੀਂ ਯੂਜ਼ ਕਰ ਸਕਦੇ ਹੋ। ਇਹਨੂੰ ਤੁਸੀਂ ਸਪਰੇਅ ਨੂੰ ਮਾਰੋ, ਠਾਠੀ ਬੰਨੋ, ਬੰਨਣ ਤੋਂ ਬਾਅਦ ਤੁਸੀਂ 20 ਤੋਂ 25 ਕਦਮ ਚੱਲ ਕੇ ਤੁਸੀਂ ਠਾਠੀ ਖੋਲ੍ਹ ਦਿਓ, ਸਭ ਵਾਲ ਉੱਥੇ ਹੀ ਹੋਲਡ ਹੋ ਜਾਣਗੇ, ਸੁੱਕ ਜਾਣਗੇ ਸਾਰੇ ਵਾਲ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਸਪਰੇਅ। ਨਾਲੇ ਜਦ ਤੁਸੀਂ ਧੋਵੋਗੇ, ਧੋਣ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਮਹਿਸੂਸ ਨਹੀਂ ਹੋਏਗਾ ਕਿ ਇੱਥੇ ਚੁਭਨ ਹੋ ਰਹੀ ਆ। ਕਈ ਵੀਰ ਕਹਿੰਦੇ ਆ ਕਿ ਜਦ ਅਸੀਂ ਇਹਨਾਂ ਨੂੰ ਸਪਰੇਅ ਨੂੰ ਕਰ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਜਦ ਅਸੀਂ ਰੋਟੀ ਖਾਂਦੇ ਹਾਂ ਜਾਂ ਹੋਰ ਕਿਸੇ ਤਰੀਕੇ ਨਾਲ ਕੋਈ ਮੂਵਮੈਂਟ ਕਰਦੇ ਹਾਂ ਮੂੰਹ ਦੀ, ਤਾਂ ਵਾਲ ਟੁੱਟਦੇ ਆ। ਉਹਦਾ ਮੈਂ ਤੁਹਾਨੂੰ ਇਲਾਜ ਦੱਸਦਾ ਕੀ ਹੈਗਾ ਉਹਦਾ ਇਲਾਜ। ਤੁਸੀਂ ਜਦ ਵੀ ਸਪਰੇਅ ਜਾਂ ਤੁਸੀਂ ਸਿਮਕੋ ਜਾਂ ਕੋਈ ਹੋਰ ਵੀ ਸਪਰੇਅ ਤੁਸੀਂ ਯੂਜ਼ ਕਰਨਾ ਹੈਗਾ ਜਾਂ ਤੁਸੀਂ ਬ੍ਰਸ਼ ਦੇ ਨਾਲ ਲਾ ਰਹੇ ਹੋ, ਤਾਂ ਮੈਂ ਜ਼ਿਆਦਾਤਰ ਇਹੀ ਕਹਿੰਦਾ ਸਾਰੇ ਵੀਰਾਂ ਨੂੰ ਕਿ ਤੁਸੀਂ ਉੱਪਰੋਂ ਦੀ ਲਾਓ, ਉੱਪਰੋਂ ਦੀ ਕਰੋ। ਤੁਸੀਂ ਅਗਰ ਸਪਰੇਅ ਕਰਕੇ ਫਿਰ ਤੁਸੀਂ ਦਾੜੀ ਫੋਲਡ ਕਰ ਰਹੇ ਹੋ, ਇੱਦਾਂ ਇੱਦਾਂ ਫੋਲਡ ਕਰ ਰਹੇ ਹੋ, ਉਹ ਦਾੜੀ ਟਿਕੇਗੀ ਤਾਂ ਜ਼ਿਆਦਾ ਦੇਰ, ਸ਼ਾਇਦ ਮੇਰੇ ਖਿਆਲ ਅਗਲੇ ਦਿਨ ਤੱਕ ਚੱਲ ਜਾਏ, ਲੇਕਿਨ ਉਹ ਜਿੰਨੇ ਵਾਲ ਉਹ ਤੋੜੇਗੀ ਜਾਂ ਜਿੰਨੇ ਵਾਲ ਤੁਹਾਡੇ ਉਹਦੇ ਕਰਕੇ ਟੁੱਟਣਗੇ, ਉਹ ਸਭ ਤੋਂ ਜ਼ਿਆਦਾ ਨੁਕਸਾਨ ਵਾਲੀ ਚੀਜ਼ ਆ। ਅਤੇ ਕੋਸ਼ਿਸ਼ ਹੈ ਕਰੋ, ਦਾੜੀ ਤੁਸੀਂ ਪਹਿਲੇ ਫੋਲਡ ਕਰ ਲਓ ਗਿੱਲੀ ਕਰਕੇ ਹਲਕੀ ਜੀ, ਫਿਰ ਉੱਪਰੋਂ ਦੀ ਸਪਰੇਅ ਲੈ ਕੇ ਠਾਠਾ ਬੰਨੋ। ਉਹਦੇ ਨਾਲ ਕੀ ਹੁੰਦਾ, ਜਿਹੜੇ ਸਾਡੇ ਅੰਦਰਲੇ ਵਾਲ, ਦੇਖੋ ਉੱਪਰਲੇ ਵਾਲ ਸਾਡੇ ਬੜੇ ਸਟਰੋਂਗ ਹੁੰਦੇ ਆ, ਉੱਪਰਲੇ ਜਿਹੜੇ ਵਾਲ ਹੈਗੇ ਉਹ ਬੜੇ ਸਟਰੋਂਗ ਆ। ਨਾਲੇ ਤੁਸੀਂ ਜਦ ਤੁਸੀਂ ਜਿੱਦਾਂ ਹੀ ਤੁਸੀਂ ਸਪਰੇਅ ਮਾਰਿਆ ਜਾਂ ਤੁਸੀਂ ਸਿਮਕੋ ਲਾਈ ਆ, ਅਤੇ ਠਾਠਾ ਬੰਨਣ ਤੋਂ ਬਾਅਦ ਮੂੰਹ ਨੂੰ ਮੂਵ ਕਰ ਲਓ ਥੋੜ੍ਹਾ ਜਿਹਾ ਇਹਦਾ ਇਸ ਸਾਈਡ 'ਤੇ ਇਸ ਤਰੀਕੇ ਨਾਲ, ਕਿਉਂਕਿ ਮੂਵਮੈਂਟ ਨਹੀਂ ਕਰੋਗੇ ਤੁਸੀਂ ਇੱਥੇ ਚਿਪਕੇ ਚਿਪਕੇ ਜਿਹਾ ਹੋ ਜਾਏਗਾ। ਉਹ ਜਦ ਚਿਪਕੇ ਚਿਪਕੇ ਜਿਹਾ ਹੋ ਜਾਏਗਾ ਨਾ, ਜਦ ਤੁਸੀਂ ਫਿਰ ਮੂਵ ਕਰੋਗੇ ਜਾਂ ਰੋਟੀ ਖਾਣ ਲੱਗੋਗੇ ਜਾਂ ਕੋਈ ਹੋਰ ਚੀਜ਼, ਤਾਂ ਤੁਹਾਨੂੰ ਇੱਦਾਂ ਲੱਗੇਗਾ ਅੰਦਰੋਂ ਦੀ ਇੱਥੋਂ ਦੀ ਵਾਲ ਟੁੱਟ ਗਿਆ, ਇੱਥੋਂ ਦੀ ਟੁੱਟ ਗਿਆ, ਇੱਥੋਂ ਦੀ। ਔਰ ਜਦ ਤੁਸੀਂ ਸਵੇਰੇ ਖੋਲੋਗੇ ਜਾਂ ਤੁਸੀਂ ਆ ਕੇ ਘਰ ਮੂੰਹ ਧੋਵੋਗੇ, ਫਿਰ ਜਦ ਤੁਸੀਂ ਵਾਲ ਗਿੱਲੇ ਹੋਣਗੇ ਤਾਂ ਵਾਲ ਤੁਹਾਡੇ ਇੱਥੋਂ ਦੀ ਟੁੱਟੇ ਹੋਏ ਨਿਕਲਣਗੇ। ਉਹ ਇਸ ਕਰਕੇ ਟੁੱਟਦੇ ਆ ਕਿਉਂਕਿ ਤੁਸੀਂ ਅੰਦਰੋਂ ਦੀ ਵੀ ਉਹਨਾਂ ਨੂੰ ਸਟਿੱਕ ਕਰਤਾ, ਚਿਪਕਾ ਤਾ, ਅਤੇ ਫਿਰ ਕੀ ਆ, ਡੋਰੀ ਨਾਲ ਬੰਨੇ ਹੋਏ ਆ ਜਾਂ ਤੁਸੀਂ ਉਹਦੀ ਗੁੱਤ ਬਣਾਈ ਹੋਈ ਆ ਜਾਂ ਤੁਸੀਂ ਇੱਥੇ ਜੂੜਾ ਬਣਾ ਕੇ ਅੰਦਰ ਪਾਇਆ ਹੋਇਆ, ਉਹ ਕੀ ਆ, ਉਹ ਵਾਲਾਂ ਨੂੰ ਖਿੱਚਦਾ, ਖਿੱਚਣ ਤੋਂ ਬਾਅਦ ਟੁੱਟ ਜਾਂਦੇ ਆ ਵਾਲ। ਅਤੇ ਸਾਰੀ ਮੇਰੀ ਵੀਡੀਓ ਦੇ ਨਾਲ ਤੁਹਾਨੂੰ
ਪਤਾ ਲੱਗ ਗਿਆ ਹੋਏਗਾ ਇਸ ਵੀਡੀਓ ਦੇ ਨਾਲ ਕਿ ਕਿਹੜੇ ਕਿਹੜੇ ਸਪਰੇ ਜ਼ਰੂਰੀ ਹੈਗੇ। ਹੋਰ ਅਗਰ ਤੁਹਾਡਾ ਕਿਸੇ ਵੀ ਤਰੀਕੇ ਦਾ ਸਪਰੇ ਦੇ ਸੰਬੰਧਿਤ ਕੋਈ ਵੀ ਕੁਐਸਚਨ ਹੋਵੇ ਜਾਂ ਕਿਸੇ ਹੋਰ ਤਰੀਕੇ ਤੋਂ ਲੱਗਦਾ ਹੋਇਆ ਕਿ ਤੁਸੀਂ ਸਵਾਲ ਪੁੱਛਣਾ ਚਾਹੁੰਦਾ ਸੀਗੇ ਤੇ ਤੁਹਾਨੂੰ ਜਵਾਬ ਨਹੀਂ ਮਿਲਿਆ ਇਸ ਵੀਡੀਓ 'ਚ, ਤਾਂ ਤੁਸੀਂ ਮੈਨੂੰ ਮੇਰੇ ਕਮੈਂਟ ਬਾਕਸ ਦੇ ਅੰਦਰ ਲਿਖ ਸਕਦੇ ਹੋ। ਨਾਲੇ ਮੇਰਾ ਮੋਬਾਈਲ ਨੰਬਰ ਵੀ ਹੈਗਾ, ਤੁਸੀਂ ਮੈਨੂੰ ਮੋਬਾਈਲ 'ਤੇ ਵਟਸਐਪ ਵੀ ਕਰ ਸਕਦੇ ਹੋ। ਮੈਂ ਤੁਹਾਨੂੰ ਨੰਬਰ ਦੱਸ ਦਿੰਦਾ +1 8 6 8 7 9 9 6 0 1 7, ਇਹਦੇ 'ਤੇ ਤੁਸੀਂ ਮੈਨੂੰ ਵਟਸਐਪ ਵੀ ਕਰ ਸਕਦੇ ਹੋ, ਸਵਾਲ ਆ ਉਹਨਾਂ ਦਾ ਜਵਾਬ ਦੇਵਾਂਗਾ। ਅਤੇ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਹੋਰ ਵੀਰਾਂ ਤੱਕ ਵੀ ਪਹੁੰਚਾਓ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।